वाहिगुरु जी का खालसा, वाहिगुरु जी की फतेह। सतगुरु जी की अपार कृपा बख्शे सदका, जो कि नौवे महाले दे श्लोकां दी लड़ीवार विचार आरंभ की गई है। आओ अज आपां चौदहवें श्लोक नूं समझण की कोशिश करांगे। पावन बचन हन, उस्तत निंदिया नाहीं जिहे, कंचन लोहो समान, कहो नानक सुन रे मना, मुक्त ताहे तै जान। धन गुरु तेग बहादुर महाराज जी समझाउंदे हन, सानू सिक्ख्या दे रहे ने, उस्तत निंदिया नाहीं जिहे, कंचन लोहो समान। One who is beyond praise and slander, who looks upon gold and iron alike, जेड़ा मनुख जिस मनुख दे जीवन विच उस्तत ते निंदिया कोई प्रभाव ना पा सकदे हुए, उहदे लई लोहा ते गोल्ड कह लईए, सोना कह लईए, एक बराबर होवे, भाव उहनूं कोई लालच विच ना लिया सकदा होवे, ਉਹ ਸੋਨੇ ਤੇ ਲੋਹੇ ਨੂੰ ਇੱਕ ਬਰਾਬਰ ਸਮਝੇ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਸਤਿਗੁਰੂ ਜੀ ਸਿੱਖਿਆ ਦੇ ਰਹੇ ਨੇ, ਸੇਜ ਨਾਨਕ ਲਿਸਨ ਮਾਈਂਡ, ਨੋ ਦੈਟ ਸੱਚਾ ਪਰਸਨ ਇਜ਼ ਲਿਬਰੇਟਡ। ਅੱਜ ਹਰ ਕੋਈ ਚਾਹੁੰਦਾ ਹੈ ਬੰਦਾ ਮੈਨੂੰ ਮੁਕਤੀ ਮਿਲ ਜਾਏ, ਮੈਂ ਮੁਕਤ ਹੋ ਜਾਵਾਂ। ਇਹ ਪੰਜ ਵਿਕਾਰ ਨੇ ਜਿਹੜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੈਂ ਇਹਨਾਂ ਤੋਂ ਮੁਕਤੀ ਚਾਹੁੰਦਾ ਹਾਂ। ਤੇ ਮੁਕਤੀ ਕਿਵੇਂ ਹੋਏਗੀ, ਕਿਹੜਾ ਮਨੁੱਖ ਮੁਕਤ ਹੁੰਦਾ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੱਸਦੇ ਨੇ, ਜਿਹਦੇ ਉੱਤੇ ਕੋਈ ਉਸਤਤ ਜਾਂ ਨਿੰਦਿਆ, ਕੋਈ ਉਹਦੀ ਵਡਿਆਈ ਕਰੇ, ਇਹ ਨਹੀਂ ਕਿ ਕੋਈ ਚਾਰ ਪੰਜ ਗੱਲਾਂ ਉਹਦੀ ਵਡਿਆਈ ਦੀਆਂ ਕਰ ਦੇਵੇ, ਉਹਦੀ ਗੱਲ ਉਹਦੇ ਪਾਸੇ ਹੋ ਜਾਏਗਾ, ਜਾਂ ਕੋਈ ਨਿੰਦਿਆ ਕਰ ਦੇਵੇ ਉਹਦੇ ਵਿਰੋਧ 'ਚ ਹੋ ਜਾਏਗਾ। ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦਾ, ਭਾਵੇਂ ਕੋਈ ਉਹਦੀ ਵਡਿਆਈ ਕਰੇ, ਭਾਵੇਂ ਨਿੰਦਿਆ ਕਰੇ, ਉਹਨੇ ਸੱਚੀ ਗੱਲ ਕਹਿ ਦੇਣੀ ਆ। ਇਹ ਨਹੀਂ ਜੇ ਕੋਈ ਉਸਤਤ ਕਰਨ ਲੱਗ ਗਿਆ ਤਾਂ ਸੱਚ ਨਹੀਂ ਬੋਲੇਗਾ, ਜਾਂ ਨਿੰਦਿਆ ਕਰਨ ਲੱਗ ਗਿਆ ਫਿਰ ਉਹ ਸੱਚ ਨਹੀਂ ਬੋਲੇਗਾ। ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦਾ, ਭਾਵੇਂ ਕੋਈ ਉਹਦੀ ਵਡਿਆਈ ਕਰੇ, ਭਾਵੇਂ ਨਿੰਦਿਆ ਕਰੇ, ਉਹਨੇ ਜੋ ਸੱਚ ਦੀ ਗੱਲ ਹੈ, ਜੋ ਬਾਣੀ ਦੀ ਗੱਲ ਹੈ, ਜੋ ਸਿਧਾਂਤ ਦੀ ਗੱਲ ਹੈ, ਉਹਨੇ ਕਹੀ ਦੇਣੀ ਹੈ। ਉਹ ਲਾਲਚ ਵਿੱਚ ਨਹੀਂ ਆਉਂਦਾ, ਉਹਦੇ ਉੱਤੇ ਸੋਨਾ ਕੋਈ ਪ੍ਰਭਾਵ ਨਹੀਂ ਪਾਉਂਦਾ, ਕਿਉਂਕਿ ਸੋਨਾ ਅਤੇ ਲੋਹਾ ਉਹਦੇ ਪਾਸ ਇੱਕ ਬਰਾਬਰ ਨੇ ਉਹਦੀ ਨਜ਼ਰ ਦੇ ਵਿੱਚ। ਸੋ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ, ਪੁੱਤ ਜੇ ਤੂੰ ਮੁਕਤ ਹੋਣਾ ਚਾਹੁੰਦਾ, ਇਹ ਗੱਲਾਂ ਨੂੰ ਆਪਣੇ ਅੰਦਰ ਦ੍ਰਿੜ ਕਰ, ਉਸਤਤ ਤੋਂ ਅਤੇ ਨਿੰਦਿਆ ਤੋਂ ਉੱਪਰ ਉੱਠ, ਲਾਲਚ ਤੋਂ ਉੱਪਰ ਉੱਠ, ਫਿਰ ਹੀ ਤੂੰ ਮੁਕਤੀਆਂ ਵਾਲੀ ਲਹਿਣ ਵਿੱਚ ਆ ਸਕਦਾ, ਤੂੰ ਮੁਕਤ ਹੋ ਸਕਦਾ। ਸਤਿਗੁਰੂ ਜੀ ਮੁਕਤ ਕਰਨ ਵਾਲੇ ਨੇ, ਆਪਾਂ ਮੁਕਤ ਹੋਣ ਦੀ ਜਾਂਚ ਸਿੱਖ ਲਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।